ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਬਕਾਰੀ ਵਿਭਾਗ ਦੇ ਅਫਸਰਾਂ ਨਾਲ ਕਰਨਗੇ ਮੁਲਾਕਾਤ। ਪੰਜਾਬ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਹੋ ਸਕਦੀ ਹੈ ਚਰਚਾ। ਕੈਬਨਿਟ ਨਾਲ ਕੈਬਨਿਟ ਤੋਂ ਮਿਲ ਚੁੱਕੀ ਹੈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ। ਪੰਜਾਬ ਸਰਕਾਰ ਦਾ ਆਰਬੀਆਈ ਵੱਲੋਂ ਸੀਸੀਐਲ ਦੀ ਰਕਮ ਜਾਰੀ ਕੀਤੇ ਜਾਣ ਦਾ ਦਾਅਵਾ। ਸੂਬਾ ਸਰਕਾਰ ਨੂੰ ਸੀਸੀਐਲ ਦੀ ਰਕਮ ਮਿਲਣ ਦੀ ਉਮੀਦ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕਰ ਚੁੱਕਿਆ ਸੀ ਸੀਸੀਐਲ ਦਾ ਮੁੱਦਾ। ਭੋਲਾ ਡਰੱਗ ਮਾਮਲੇ ਵਿੱਚ ਈਡੀ ਵੱਲੋਂ ਸਾਬਕਾ ਮੰਤਰੀਆਂ ਦੀ ਜਾਇਦਾਦ ਕੁਰਤ ਕਰਨ ਦੇ ਆਦੇਸ਼। ਸਾਬਕਾ ਮੰਤਰੀ ਅਕਾਲੀ ਮੰਤਰੀ ਸਰਵਨ ਸਿੰਘ ਫਲੌਰ ਤੇ ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ ਸਣੇ 13 ਜਣਿਆਂ ਦੀ ਕੁੱਲ 61 ਕਰੋੜ 62 ਲੱਖ ਦੀ ਜਾਇਦਾਦ ਈਡੀ ਵੱਲੋਂ ਕੁਰਕ। ਈਡੀ ਨੇ ਭੋਲਾ ਡਰੱਗ ਮਾਮਲੇ 'ਚ ਪਹਿਲੀ ਵਾਰ ਦਿੱਤੇ ਰਾਜਸੀ ਆਗੂਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ। ईडी वालों जारी राजसी आगुआ से की कार्रवाई से कैबिनेट मंत्री मनप्रीत सिंह बादल ने कहा कि कानून अपना काम करेगा। उधर राणा गुरजीत ने भी कहा कि इस मामले कानून के मुताबिक ही कार्रवाई होगी। ईडी वालों सबका मंत्रियों की जायदाद कुर्क करने तो बाद सरवन सिंह फिलौर और अविनाश चंद्र दोवे का कहना है कि उन्होंने इस मामले से अधिकारिक तौर पर अजे कोई जानकारी नहीं मिली। ਕੈਕ ਦੀ ਰਿਪੋਰਟ ਦੇ ਵਿੱਚ ਵਰਲਡ ਕਬੱਡੀ ਕੱਪ ਵਿੱਚ ਬਿੱਲਾਂ ਦੇ ਫਰਜ਼ੀਵਾੜੇ ਦੇ ਇਲਜ਼ਾਮ। ਰਿਪੋਰਟ ਮੁਤਾਬਕ ਬਿਨਾਂ ਟੈਂਡਰ ਕੀਤੀ 2 ਕਰੋੜ ਦੀ ਖਰੀਦ। ਪੰਜਾਬ ਕਾਂਗਰਸ ਨੇ ਪਿਛਲੀ ਅਕਾਲੀ ਬੀਜੇਪੀ ਸਰਕਾਰ ਤੇ ਸਾਧੇ ਨਿਸ਼ਾਨੇ ਤਾਂ ਅਕਾਲੀ ਦਲ ਤੇ ਬੀਜੇਪੀ ਨੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ। ਅਕਾਲੀ ਬੀਜੇਪੀ ਵਜ਼ਾਰਤ ਦੇ 10 ਵਰ੍ਹਿਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕੈਪਟਨ ਸਰਕਾਰ ਨੇ ਵਾਈਟ ਪੇਪਰ ਲਿਆਉਣ ਦੀ ਤਿਆਰੀ ਕਰ ਲਈ ਹੈ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਵਾਈਟ ਪੇਪਰ ਇਸੇ ਮਹੀਨੇ ਜਾਰੀ ਕੀਤਾ ਜਾਵੇਗਾ। ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤੇ ਹਮਲੇ ਕਰਦਿਆਂ ਕਿਹਾ ਕਿ ਅਕਾਲੀਆਂ ਨੇ 10 ਸਾਲ ਪੰਜਾਬ ਨੂੰ ਲੁੱਟਿਆ। ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਦਸ਼ਾ ਦਰਸਾਉਣ ਦੇ ਲਈ ਇਸੇ ਮਹੀਨੇ ਵਾਈਟ ਪੇਪਰ ਜਾਰੀ ਹੋਵੇਗਾ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੀ ਸਰਕਾਰ ਨਿਵੇਸ਼ ਦੇ ਸਿਰਫ ਖੋਖਲੇ ਦਾਅਵੇ ਕਰਦੀ ਰਹੀ ਜਦਕਿ ਕਾਂਗਰਸ ਦੀ ਸਰਕਾਰ ਆਉਣ ਨਾਲ ਹੁਣ ਸੂਬੇ 'ਚ ਸਹੀ ਮਾਇਨੇ 'ਚ ਨਿਵੇਸ਼ ਦਾ ਰਾਹ ਖੁੱਲ੍ਹਿਆ ਹੈ। ਉਹਨਾਂ ਸੁਖਬੀਰ ਬਾਦਲ ਵੱਲੋਂ ਕਿਤੇ ਵਿਕਾਸ ਦੇ ਦਾਅਵਿਆਂ 'ਤੇ ਵੀ ਸਵਾਲ ਚੁੱਕੇ। ਡੇਰੇ ਦੀ ਹਿਮਾਇਤ ਮੰਗਣ ਗਏ ਸਿੱਖ ਸਿਆਸਤਦਾਨਾਂ ਨੂੰ ਅਕਾਲ ਤਖ਼ਤ ਦਾ ਹੁਕਮ ਕਿਹਾ। 17 ਅਪ੍ਰੈਲ ਨੂੰ ਅਕਾਲ ਤਖ਼ਤ ਦੇ ਸਕੱਤਰ 'ਚ ਪਹੁੰਚ ਕੇ ਦਿਓ ਆਪਣਾ ਸਪਸ਼ਟੀਕਰਨ। ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਆਗੂਆਂ 'ਚੋਂ ਅਕਾਲੀ ਦਲ ਦੇ ਸੁਰਿੰਦਰ ਸਿੰਘ ਸੀਬੀਆ, ਮਨਪ੍ਰੀਤ ਸਿੰਘ ਯਾਲੀ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਸਿੰਘ ਢੀਂਡਸਾ ਤੇ ਸੁਰਜੀਤ ਸਿੰਘ ਰੱਖੜਾ ਸ਼ਾਮਲ ਨੇ ਤਾਂ ਕਾਂਗਰਸ ਤੋਂ ਰਜਿੰਦਰ ਕੌਰ ਪੱਠਲ, ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜਨ ਸਿੰਘ, ਅਮਰਿੰਦਰ ਸਿੰਘ ਰਾਜਾਵੜਿੰਗ, ਸਾਧੂ ਸਿੰਘ ਧਰਮਸੋਤ, ਕਰਨ ਕੌਰ ਬਰਾੜ ਅਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸੌਦਾ ਵੀ ਸ਼ਾਮਲ। ਨਾਲ ਹੀ ਬੈਠਕ ਦੇ ਵਿੱਚ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝਿੰਡਾ ਨੂੰ ਬਹਾਲ ਕਰਨ ਦਾ ਫੈਸਲਾ ਵੀ ਲਿਆ ਗਿਆ। ਪੰਜਾਬ ਦੇ ADGP ਜ਼ਿਲ੍ਹਾ ਰੋਹਿਤ ਚੌਧਰੀ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ਦਾ ਕੀਤਾ ਅਚਾਨਕ ਦੌਰਾ। ਕਿਹਾ ਜੇਲ੍ਹਾਂ 'ਚ ਮੋਬਾਈਲ ਦਾ ਇਸਤੇਮਾਲ ਰੋਕਣ ਦੇ ਲਈ ਲਗਾਏ ਜਾਣਗੇ 4G ਜੈਮਰ। ਨਸ਼ਿਆਂ ਦੇ ਆਦੀ ਕੈਦੀਆਂ ਨੂੰ ਸੁਧਾਰਨ ਲਈ ਕੀਤੀ ਜਾਵੇਗੀ ਡਾਕਟਰਾਂ ਦੀ ਤੈਨਾਤੀ। ਜੇਲ੍ਹ ਸਟਾਫ ਵਿੱਚ ਵੀ ਕੀਤਾ ਜਾਵੇਗਾ ਇਜ਼ਾਫਾ। ਉਧਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਗਲੇ 5 ਵਰ੍ਹਿਆਂ 'ਚ ਉਹ ਪੰਜਾਬ 'ਚੋਂ ਗੈਂਗਸਟਰ ਸ਼ਬਦ ਦਾ ਖਾਤਮਾ ਕਰ ਦੇਣਗੇ। ਪੰਜਾਬ 'ਚ ਬਿਜਲੀ ਦੇ ਰੇਟ ਵਧਾਏ ਜਾਣ ਬਾਰੇ ਪੁੱਛੇ ਜਾਣ 'ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਪੰਜਾਬ 'ਚ ਨਾ ਤਾਂ ਬਿਜਲੀ ਦੇ ਰੇਟ ਵਧਾਏ ਜਾ ਰਹੇ ਨੇ ਅਤੇ ਨਾ ਹੀ ਘਟਾਏ ਜਾ ਰਹੇ ਨੇ, ਪਰ ਉਹਨਾਂ ਨੇ ਸਰਕਾਰ ਦੇ ਖਰਚੇ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਸੰਕੇਤ ਜ਼ਰੂਰ ਦਿੱਤੇ। ਉਧਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਕਿਹਾ ਕਿ ਬਿਜਲੀ ਦੇ ਰੇਟ ਵਧਾਉਣ ਦੀ ਰੈਗੂਲੇਟਰੀ ਅਥਾਰਟੀ ਨੇ ਸਿਫਾਰਿਸ਼ ਕੀਤੀ ਹੈ। ਜੋ ਰਾਹਤ ਦੇਣੀ ਹੈ ਉਹ ਬਜਟ ਦੇ ਵਿੱਚ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਬੰਦ ਹੋ ਰਹੀ ਇੰਡਸਟਰੀ ਨੂੰ ਦੁਬਾਰਾ ਤੋਂ ਜਿਉਂਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਵਿੱਚ ਪਠਾਨਕੋਟ ਹਲਕੇ ਦੇ ਵਿਧਾਇਕ ਅਮਿਤ ਵਿਜ ਨੇ ਡਿਫੈਂਸ ਰੋਡ 'ਚ ਇੰਡਸਟਰੀਅਲ ਗਰੋਥ ਸੈਂਟਰ ਦਾ ਦੌਰਾ ਕੀਤਾ ਅਤੇ ਸਾਰੀ ਜਾਣਕਾਰੀ ਹਾਸਲ ਕੀਤੀ। ਰੋਹਤਕ ਪਹੁੰਚੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਰਾਖਵੇਂਕਰਨ ਮੁਤਲਕ ਬਿਆਨ ਦਿੱਤਾ। ਉਹਨਾਂ ਕਿਹਾ ਕਿ ਰਾਖਵੇਂਕਰਨ ਦੇ ਨਾਮ 'ਤੇ ਬਹਿਕਾਵੇਬਾਜ਼ੀ 1947 ਤੋਂ ਚੱਲੀ ਆ ਰਹੀ ਹੈ ਅਤੇ ਜੇਕਰ ਨੌਜਵਾਨਾਂ 'ਚ ਹੁਨਰ ਹੋਵੇਗਾ ਤਾਂ ਸਭ ਨੂੰ ਕੰਮ ਮਿਲੇਗਾ, ਰਾਖਵੇਂਕਰਨ ਦੀ ਜ਼ਰੂਰਤ ਹੀ ਨਹੀਂ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਜਾਪਾਨ ਦੇ ਇੱਕ ਵਫਦ ਨੇ ਮੁਲਾਕਾਤ ਕੀਤੀ। ਆਟੋਮੇਟਿਡ ਗਾਈਡਵੇ ਟ੍ਰਾਂਜਿਟ ਸਿਸਟਮ ਉੱਤੇ ਹੋਈ ਚਰਚਾ। ਮੁੱਖ ਮੰਤਰੀ ਨੇ ਗੁਰੂਗ੍ਰਾਮ, ਫਰੀਦਾਬਾਦ ਅਤੇ ਕਰਨਾਲ ਦੇ ਵਿੱਚ ਇਸ ਦੀ ਉਪਯੋਗਤਾ ਨੂੰ ਲੈ ਕੇ ਸਟੱਡੀ ਕਰਾਉਣ ਦੀ ਜ਼ਾਹਿਰ ਕੀਤੀ ਇੱਛਾ। ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸੁਪਰੀਮ ਕੋਰਟ ਦਾ ਰੁੱਖ ਕਰ ਸਕਦੇ ਨੇ ਮੁੱਖ ਮੰਤਰੀ ਵੀਰਭਦਰ ਸਿੰਘ। ਕੱਲ੍ਹ ਦਿੱਲੀ 'ਚ ਵਕੀਲਾਂ ਦੇ ਨਾਲ ਕੀਤੀ ਮੁਲਾਕਾਤ, ਕਾਂਗਰਸੀ ਆਗੂ ਅਤੇ ਵਕੀਲ ਸਲਮਾਨ ਖੁਰਸ਼ੀਦ ਨਾਲ ਵੀ ਕੇਸ ਨੂੰ ਲੈ ਕੇ ਹੋਈ ਚਰਚਾ। ਰੋਪੜ ਦੇ SSP ਨੇ ਜ਼ਿਲ੍ਹੇ ਦੇ 212 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਨੇ। ਇਸ ਤੋਂ ਇਲਾਵਾ ਗਜ਼ਟਿਡ ਪੁਲਿਸ ਅਫਸਰਾਂ ਤੋਂ ਵਾਧੂ ਗਨਮੈਨ ਸਿਕਿਉਰਿਟੀ ਵੀ ਵਾਪਸ ਲੈ ਲਈ ਗਈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖਰੜ ਦੇ ਰੀਹੈਬਿਲੀਟੇਸ਼ਨ ਸੈਂਟਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਨੇ ਇਲਜ਼ਾਮਾਂ ਦੇ ਮੁਤਾਬਕ ਰੀਹੈਬਿਲੀਟੇਸ਼ਨ ਸੈਂਟਰ ਦੇ ਨਾਲ ਡੀ ਐਡਿਕਸ਼ਨ ਸੈਂਟਰ ਵੀ ਚਲਾਇਆ ਜਾ ਰਿਹਾ ਜਿਸ ਦਾ ਉਹਨਾਂ ਦੇ ਕੋਲ ਲਾਇਸੈਂਸ ਨਹੀਂ ਹੈ ਹਰਿਆਣਾ ਦੀਆਂ ਅਨਾਜ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਫਰੋਖ ਦੇ ਵਿੱਚ ਪਾਰਦਰਸ਼ਿਤਾ ਲਿਆਉਣ ਦੇ ਲਈ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਹੈ ਈ ਖਰੀਦ ਮੰਡੀਆਂ ਦੇ ਵਿੱਚ ਕਣਕ ਖਰੀਦਣ ਦੇ ਲਈ ਕੈਸ਼ਲੈਸ ਲੈਣ ਦੇਣ ਵਿਵਸਥਾ ਦਾ ਕੀਤਾ ਜਾ ਰਿਹਾ ਇਸਤੇਮਾਲ मोहाली च अज तो पानी की बर्बादी की तो देना होगा जुर्माना सप्लाई के पानी तो नहीं कर सकेंगे घर की तलाई गार्डन के भी पानी देना पेगा महंगा लग सकता 5000 रुपये तक का जुर्माना दिल्ली NCR च रात भर हुई बारिश नाल डिग्गिया तापमान मौसम विभाग ने हिमाचल प्रदेश और जम्मू कश्मीर के कई इलाकों के जारी किया भारी बारिश का अलर्ट तो देश भर के धूमधाम मनाया जा रहा भगवान राम के अवतार का दिन रामनौमी मंदिरों के सवेर तो ही उमड़ रहा है भक्तों का सैलाब